ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ 'ਤੇ ਰੋਜ਼ਾਨਾ ਹੀ ਵਾਪਰਦੇ ਸੜਕ ਹਾਦਸਿਆਂ 'ਚ ਜ਼ਿਆਦਾਤਰ ਹਾਦਸੇ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਹਨ, ਜਿਸ ਕਾਰਨ ਅਨੇਕਾਂ ਬੇਕਸੂਰ ਰਾਹਗੀਰ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਪਰੰਤੂ ਇਸ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅਨਾਜ ਮੰਡੀ ਜੰਡਿਆਲਾ ਗੁਰੂ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਦੌਰਾਨ 2 ਗਊਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕਾਫੀ ਦੇਰ ਤੱਕ ਮਰੀਆਂ ਗਊਆਂ ਸੜਕ 'ਤੇ ਹੀ ਪਈਆਂ ਰਹੀਆਂ, ਜਦਕਿ ਰਾਹਗੀਰ 'ਤੇ ਗੱਡੀਆਂ ਆਸ-ਪਾਸ ਦੀ ਲੰਘਦੀਆਂ ਰਹੀਆਂ। ਹਾਲਾਂਕਿ ਨੈਸ਼ਨਲ ਹਾਈਵੇ 'ਤੇ ਬਣੇ ਟੋਲ ਪਲਾਜ਼ਾ ਵਾਲੇ ਵਾਹਨ ਚਾਲਕਾਂ ਤੋਂ ਟੋਲ ਪਰਚੀ ਲੈ ਰਹੇ ਹਨ, ਪਰੰਤੂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਰਾਹਗੀਰਾਂ ਨੇ ਟੋਲ ਪਲਾਜ਼ਾ ਵਾਲਿਆਂ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਮੰਡੀ ਦੇ ਕੋਲ ਜੀਡੀ ਰੋਡ 'ਤੇ ਖੜ੍ਹੇ ਹਾਂ ਅਤੇ ਲੋਕ ਕੀ ਕਰਦੇ ਆ ਵੀ ਪਹਿਲਾਂ ਗਾਵਾਂ ਰੱਖਦੇ ਆ, ਉਹ ਜਿੰਨਾ ਚਿਰ ਦੁੱਧ ਦਿੰਦੀਆਂ ਆ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ, ਉਸ ਤੋਂ ਬਾਅਦ ਜਦੋਂ ਦੁੱਧ ਨਹੀਂ ਦਿੰਦੀਆਂ ਉਸ ਤੋਂ ਬਾਅਦ ਉਹਨੂੰ ਬਾਰਾ ਛੱਡ ਦਿੰਦੇ ਆ, ਜਿੱਥੇ ਉਹ ਕਿਸਾਨਾਂ ਦਾ ਨੁਕਸਾਨ ਕਰ ਰਹੀਆਂ ਆ। ਉਹਦੇ ਨਾਲ ਨਾਲ ਜੀਡੀ ਰੋਡ ਦੇ ਉੱਤੇ ਬੜੇ ਵੱਡੇ ਹਾਦਸਿਆਂ ਨੂੰ ਵੀ ਜਨਮ ਦੇ ਰਹੀਆਂ, ਜਦਕਿ ਜਿਵੇਂ ਕੋਈ ਗੱਡੀ ਚਾਲ ਕੇ ਆ ਰਿਹਾ ਉਹ ਜਾਨਵਰ ਆ ਗਾਂ, ਉਹ ਕਿਤੋਂ ਯਕਦਮ ਗਾੜੀ ਆਊਗੀ ਬ੍ਰੇਕ ਮਾਰਦਿਆਂ ਮਾਰਦਿਆਂ ਐਕਸੀਡੈਂਟ ਹੋ ਜਾਂਦਾ, ਜਿੰਨੀਆਂ ਬਹੁਤ ਜ਼ਿਆਦਾ ਆਪਾਂ ਵੇਖਣ ਨੂੰ ਮਿਲਦਾ ਅਖਬਾਰਾਂ ਵਿੱਚ ਵੀ ਆਪਾਂ ਪੜ੍ਹਦੇ ਹਾਂ। ਅਤੇ ਟੋਲ ਪਲਾਜ਼ੇ ਵਾਲਿਆਂ ਨੂੰ ਚਾਹੀਦਾ ਆ ਵੀ ਇਹ ਉਹਨਾਂ ਨੂੰ ਚੁੱਕਿਆ ਜਾਵੇ, ਕੁੱਤੇ ਮਰੇ ਰਹਿੰਦੇ ਆ ਜਿੱਥੇ ਉਹਨਾਂ ਕੁੱਤਿਆਂ ਦੀ ਮਰਿਆ ਦੀ ਕਰਕੇ ਵੀ ਐਕਸੀਡੈਂਟ ਹੁੰਦੇ ਆ, ਮੋਟਰਸਾਈਕਲ ਸਲਿੱਪ ਹੁੰਦੇ ਆ, ਉਹਦੇ ਨਾਲ ਨਾਲ ਜਿਹੜੀ ਬਦਬੂ ਆ ਗੰਦਗੀ ਦੀ ਉਹ ਲੋਕਾਂ ਨੂੰ ਵੀ ਬਹੁਤ ਨਹੀਂ ਹੁੰਦੀ ਆ। ਅਤੇ ਇਹ ਟੋਲ ਪਲਾਜ਼ੇ ਵਾਲਾ ਚਾਹੀਦਾ ਵੀ ਇਹ ਵੱਧ ਤੋਂ ਵੱਧ ਇਹ ਚੀਜ਼ ਦਾ ਖਿਆਲ ਰੱਖਣ। ਅੱਜ ਵੀ 2 ਗਾਵਾਂ ਮੰਡੀ ਦੇ ਕੋਲ ਮਰੀਆਂ ਪਈਆਂ ਆ, ਅਤੇ ਇਹ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰ ਸਕਦੇ ਆਪਾਂ ਟੋਲ ਪਲਾਜ਼ੇ ਵਾਲਿਆਂ ਨੂੰ ਕਿ ਇਹਨਾਂ ਨੂੰ ਚੁੱਕਿਆ ਜਾਵੇ, ਅਤੇ ਸੜਕਾਂ 'ਤੇ ਜਿਵੇਂ ਕੋਈ ਐਕਸੀਡੈਂਟ ਗਾਂ ਮਰਦੀ ਆ ਜਾਂ ਕੋਈ ਜਾਨਵਰ ਆ, ਜਿਵੇਂ ਇੱਥੇ ਇਹਨੇ ਆਪਣੀਆਂ ਡਿਊਟੀਆਂ ਲਾਈਆਂ ਆ ਟੋਲ ਪਲਾਜ਼ੇ ਦੇ ਵੱਖ ਵੱਖ ਤਰ੍ਹਾਂ ਦੇ ਮੁਲਾਜ਼ਮਾਂ ਦੀਆਂ, ਇਹ ਵੀ ਡਿਊਟੀ ਲਾਉਣੀ ਚਾਹੀਦੀ ਹੈ ਅਤੇ ਡਿਊਟੀ ਨੂੰ ਨਿਭਾਉਣਾ ਚਾਹੀਦਾ।